चाहता हूँ, और वो गिरा है तो आप पहले हंसोगे उठाओगे बाद में, और हाँ, सामने को भी हंसोगे अगला इम्मीद उठाओगे। करता है कि मुझे ये उठाए, तो आदमी पहले अपने हंसी रोके कि उसके उठे। मेरे का सपना पहला वो जंगल का आया। सपने में क्या हुआ, मैं वहां गुम हो गया रात को 12 बजे के टाइम। एक वो 6.5 फुट की औरत, 6.5 फुट जनानी आई सामने, ऐसा बड़े बड़े नखून होते देखो, मोटी दांत, मोटे मोटे दांत, कान लंबे लंबे, मोटी आंखें। मैं भी पंजाबी ना, दिल्ली वाला, आपको पूरा सदार होना, मैं भी कहता हूँ। वो कहते हो तू डरता नहीं, मैं क्यों डरा, कहते तन नहीं पता ना चुड़े ना, मैं क्या डरा, बोला अक्के चपेट मारी, मैं साली जीजा ने बुझा कर मेरी नींद खुली, खिंच के चपेट मेरे मुंह से, भाई मेरी बीवी बोली मोए सवेरे सवेरे की बकवास आई हो गया, सारे खुश हो गए, मोए ने सुपने मारे ने सच मुझ पै गई। लाफ्टर का तुम कमाल दस देना, डिप्रेशन वाला बंदा अजकल मेरे को सहा नहीं सकता, 10 सेकेंड बाद ना उदास ही ना रुके, मैं हूं तू रुक के दिखा। तो इसलिए जब इतना ज्यादा इतना ये नहीं लेता। अब मैं बताऊं वो कहते ऐसे कैसे हो सकता है, तो एक मेरा फ्रेंड था, एक किस्सा बताता हूँ सर, तो वो मुझे वो सगन दे रहा था, मैं ले नहीं रहा था, मैंने कहा मैं नहीं ले रहा, कहते नहीं मेरे से लेना पड़ेगा, मैं कहा मैं किसी से भी ले रहा हूँ ना तो पहले तेरे से लूंगा, उसको समझ आ गई बात। नेक्स्ट मंथ उसकी बेटी की शादी थी, तो मैं गया तो मुझे ठान लिया था मैं मेरे से नहीं लेना, तो मैं गया तो मुझे कहा तेरे से नहीं लेना, मैंने क्यों, कहता तूने नहीं लिया, मैंने कहा तू तो ले रहा है ना, है ना भाई, मैंने नहीं लिया किसी ने लिया, और तूने मुझे ऑनर किया, मेरे सिस्टम के अंदर रहा, अब मुझे भी ऑनर करने थे तेरे सिस्टम में चलने थे, तो कितना आसान है किसी को देना। ਲਾਫਟਰ ਕਲੱਬ ਸ਼ੁਰੂ ਕੀਤਾ ਦਿੱਲੀ ਦੇ ਵਿੱਚ, ਡਾਕਟਰ ਸਹਿਗਲ ਤੁਸੀਂ ਸੁਣਿਆ ਹੋਇਆ ਨਾ, ਕਈਆਂ ਦਾ ਤੁਸੀਂ ਕੀਤਾ ਟਾਕ ਸ਼ੋ, ਡਾਕਟਰ ਸਹਿਗਲ ਸਾਡੇ ਪ੍ਰੈਜ਼ੀਡੈਂਟ ਸੀਗੇ, ਤੇ ਮੈਂ ਪਹਿਲਾ ਚਾਰਟਰਡ ਵਾਈਸ ਪ੍ਰੈਜ਼ੀਡੈਂਟ ਬਣਿਆ, ਅਸੀਂ 5 ਬੰਦਿਆਂ ਨੇ ਸ਼ੁਰੂ ਕੀਤਾ, ਤੇ ਸੋਸਾਇਟੀ ਰਜਿਸਟਰਡ ਕੀਤੀ ਸਭ, ਹੁਣ ਤੇ NCR ਸਾਰਾ, ਡਾਕਟਰ ਗੁੜਗਾਵਾਂ ਚਲੇ ਗਏ ਉੱਥੇ ਉਹਨਾਂ ਨੇ ਖੋਲਿਆ, ਹੁਣ ਤੇ ਬਹੁਤ ਜ਼ਿਆਦਾ ਫੈਲ ਗਿਆ। ਉਹ ਡਾਕਟਰ ਸਾਹਿਬ ਉਹ ਦੰਦਾਂ ਦੇ ਡਾਕਟਰ ਨੇ, ਬਹੁਤ ਵੱਡੇ ਦੰਦਾਂ ਦੇ ਡਾਕਟਰ, ਹਾਥੀ ਦੰਦ ਦੇ ਨਹੀਂ, ਵੱਡੇ ਡਾਕਟਰ ਨੇ ਦੰਦਾਂ, ਲੋਕ ਇਹ ਸਮਝ ਲੈਣ ਹਾਥੀ ਦੰਦ ਦੇ ਆਉਂਦੇ, ਉਹਦੇ ਜਾਨਵਰਾਂ ਦੇ ਹੋ ਗਏ ਨਾ ਫਿਰ। ਤੂੰ ਉਹ ਸੁਣੋ, ਉਹ ਉਹਨਾਂ ਦਾ ਬੇਟਾ ਵੀ ਡਾਕਟਰ ਹੈ, ਉਹ ਵੀ ਡਾਕਟਰ ਹੈ ਦੰਦਾਂ ਦਾ, ਉਹ MDS ਹੈ, ਯਾਨੀ ਉਹਨਾਂ ਤੋਂ ਵੱਡਾ ਡਾਕਟਰ ਹੈ, ਵੈਸੇ ਛੋਟਾ ਹੈ। ਤੂੰ ਜਿੰਨਾ ਤੁਹਾਡਾ ਕਮਰਾ ਨਾ, ਇੰਨਾ ਉਹਨਾਂ ਦਾ ਕਲੀਨਿਕ ਹੈ, ਤੇ 2 ਕੁਰਸੀਆਂ ਵਿਛੀਆਂ, ਇਹ ਦੋਨੋਂ ਡਾਕਟਰ ਨੇ, ਇੱਕ ਤੇ ਡਾਕਟਰ ਦੇਖਦੇ ਨੇ ਸਾਈਕਲ, ਇੱਕ ਉਹਨਾਂ ਦਾ ਬੇਟਾ। ਤੇ ਹੁਣ ਮੈਂ ਗਿਆ ਦੰਦ ਪ੍ਰਵਾਨ, ਦਾੜ ਪ੍ਰਵਾਨ, ਉਹ 10 ਮਿੰਟ ਦਾ ਟਾਈਮ ਦਿੰਦੇ ਨੇ, 10 ਮਿੰਟ ਦਾ ਟਾਈਮ, ਜੋ ਵੀ ਟਾਈਮ, ਤੇ ਉਹ ਮੈਨੂੰ ਡਾਕਟਰ ਨੇ ਲੰਮਾ ਪਾ ਲਿਆ, ਮੈਂ ਤੇ ਉਹਨਾਂ ਬੇਟੇ ਦੇ ਆਦਿ ਪਤਨੀ ਜਨਾਨੀ ਚੜ ਗਈ, ਉਹਨਾਂ ਨੇ ਲੰਮੀ ਪਾ ਲਈ, ਉਹਦਾ ਵੀ ਸੇਮ ਕੇਸ ਸੀ ਦਾੜ ਪ੍ਰਵਾਨ ਦਾ, ਤੇ ਫਾਈਨਲ 10 ਮਿੰਟ ਦਾ ਕੰਮ ਸੀ। ਉਹ ਡਾਕਟਰ ਨੇ ਮੇਰੀ ਦਾੜ ਭਰੀ ਤੇ ਉਹ ਕਾਟਨ ਰੱਖਿਆ, ਫਿਰ ਉਹ ਕਹਿੰਦੇ ਨੇ ਚੱਕ ਮਾਰੋ, ਹੈ ਨਾ, ਦਵਾਈ ਲਾ ਕੇ ਭਰ ਕੇ, ਮੈਂ ਉੱਚਾ ਸੁਣਦਾ, ਹੁਣ ਵੀ ਚੰਦ ਦਿੱਕਤ ਆ ਰਹੀ, ਉੱਚਾ ਸੁਣਦਾ ਮੈਂ, ਤੇ ਉਹਨੇ ਚੱਕ ਮਾਰੋ, ਮੇਰਾ ਮੂੰਹ ਜਿਹਾ ਹੱਥ ਲਗਾਉਂਦੇ ਚੱਕ ਮਾਰੋ, ਮੈਂ ਉੱਚਾ ਬੋਲੋ, ਇੰਨਾ ਉੱਚਾ ਬੋਲੇ ਮੈਂ ਫਿਰ ਨੀ ਸੁਣਿਆ, ਜਨਾਨੀ ਸੁਣ ਲਿਆ, ਉਹਦੇ ਬੇਟੀ 4 ਉਂਗਲਾਂ ਅੰਦਰ ਰਹੀ ਹੈ, ਉਹ ਮਾਰਦਾ ਚੱਕ ਉਹ ਜਨਾਨੀ ਨੇ,
ਪੈ ਗਿਆ ਡਾਕਟਰ ਹੁਣ ਜਾਂ ਤੇ ਦੀਵਾਰ ਪਾ ਲਓ ਜਾਂ ਆਪਣੀ ਦੁਕਾਨ ਵਧਾ ਲਓ ਅਤੇ ਇੱਥੇ ਬਸ ਨਹੀਂ ਮੈਂ ਚਲੋ ਸ਼ੁਕਰ ਕਰੋ ਇਹ ਜਨਾਨੀ ਮੇਰੀ ਮੇਰੀ ਬੀਵੀ ਨਹੀਂ ਸੀ ਉਹ ਪਾਣੀ ਭਰ ਗਿਆ ਮੈਂ ਉਹਦੇ ਇੱਥੋਂ ਥੈ ਰਹਿ ਜਾਂਦਾ ਤੁਹਾਡੇ ਬੇਟੇ ਦਾ ਉਹਨੇ ਕੋਈ ਯੋਗ ਨਹੀਂ ਹੈ ਲੇਕਿਨ ਤੜਕਾ ਜ਼ਰੂਰ ਹੈ ਮੈਂ ਨਹੀਂ ਕਹਿੰਦਾ ਬਿਲਕੁਲ ਸੱਚ ਹੈ ਹਾਥੀ ਦੰਦ ਦੀ ਤੁਸੀਂ ਗੱਲ ਕੀਤੀ ਮੈਨੂੰ ਇੱਕ ਮਜ਼ਾਕ ਯਾਦ ਆਇਆ ਮਜ਼ਾਕ ਨਹੀਂ ਰੀਅਲ ਇੰਸੀਡੈਂਟ ਹੈ ਕਨੌਟ ਪਲੇਸ ਜਨਪਥ ਮਾਰਕੀਟ ਹੈਗੀ ਜਿੱਥੇ ਉੱਥੇ ਕੁਛ ਦੁਕਾਨਾਂ ਤੇ ਨਾ ਆਈਵਰੀ ਦਾ ਸਮਾਨ ਮਿਲਦਾ ਹੈ ਜਿਊਲਰੀ ਵਗੈਰਾ ਹੋ ਗਿਆ ਹਾਂ ਜਨਪਥ ਜਨਪਥ ਤੇ ਉੱਥੇ ਇੱਕ ਫੋਰਨਰ ਆਇਆ ਉਹਨੇ ਕੋਈ ਸਮਾਨ ਖਰੀਦਿਆ ਉਹ ਲੱਖਾਂ ਰੁਪਏ ਚ ਉਹਨੇ ਵਿਚਾਰੇ ਨੇ ਪੇਮੈਂਟ ਕਰਤੀ ਜਦੋਂ ਉਹਨੇ ਹੋਟਲ ਜਾ ਕੇ ਧਿਆਨ ਨਾਲ ਦੇਖਿਆ ਤਾਂ ਉਹ ਸਾਰਾ ਪਲਾਸਟਿਕ ਦਾ ਸੀ ਤੇ ਉਹਨੇ ਫਿਰ ਆ ਕੇ ਪੁਲਿਸ ਸਟੇਸ਼ਨ ਕੰਪਲੇਂਟ ਕੀਤੀ ਕਿ ਮੈਂ ਆਈਵਰੀ ਦਾ ਇਸ ਤਰ੍ਹਾਂ ਹਾਥੀ ਦੰਦ ਦਾ ਸਮਾਨ ਲਿਆ ਔਰ ਸਾਰਾ ਨਕਲੀ ਪਲਾਸਟਿਕ ਦਾ ਹੈਗਾ ਉਸੇ ਵਕਤ ਐਸ ਐਚ ਓ ਨੇ ਬੰਦਾ ਭੇਜਿਆ ਉਹਨੂੰ ਦੁਕਾਨਦਾਰ ਨੂੰ ਬੁਲਾਇਆ ਉਹ ਆ ਗਿਆ ਉਹਨੇ ਕਿਹਾ ਵੀ ਇਹ ਕੀ ਧੋਖਾ ਕੀਤਾ ਤੂੰ ਇਹਦੇ ਨਾਲ ਪੈਸੇ ਤੂੰ ਲੱਖਾਂ ਰੁਪਏ ਲੈ ਲੈਣੇ ਔਰ ਸਮਾਨ ਤੂੰ ਨਕਲੀ ਦਿੱਤਾ ਹੈਗਾ ਪਲਾਸਟਿਕ ਦਾ ਹਾਥੀ ਦੰਦ ਦਾ ਸਮਾਨ ਹੀ ਨਹੀਂ ਹੈਗਾ ਉਹ ਕਹਿੰਦਾ ਸਾਹਿਬ ਜੀ ਕਸਮ ਵਾਲੀ ਗੱਲ ਹੈ ਮੈਂ ਹਾਥੀ ਦੰਦ ਦਾ ਹੀ ਸਮਾਨ ਦਿੱਤਾ ਹੁਣ ਹਾਥੀ ਨੇ ਜੇ ਨਕਲੀ ਦੰਦ ਲਵਾਏ ਨੇ ਤਾਂ ਮੈਂ ਕੀ ਕਰ ਸਕਦਾ ਇਹਦਾ ਹਾਥੀ ਨੂੰ ਪੁੱਛੋ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਅਸੀਂ ਲਾਫਟਰ ਗੱਲ ਜਾਂਦੇ ਸੀ ਨਾ ਮੈਂ ਮੇਰੀ ਵਾਈਫ ਤੇ ਡਾਕਟਰ ਸਾਹਿਬ ਤੇ ਉਹਨਾਂ ਦੀ ਵਾਈਫ ਤੇ ਅਸੀਂ ਚਾਰੋ ਜਾਂਦੇ ਸੀ ਡੇਰਾਵਾਲ ਨਗਰ ਅਸੀਂ ਦੋਨੋਂ ਡਾਕਟਰ ਤੇ ਮੈਂ ਭਾਈਚਾਰਾ ਉਦਾਸ ਸੀ ਦੋਨੋਂ ਹੀ ਅਸੀਂ ਪਾਰਕ ਦੇ ਬਾਹਰ ਆ ਰਹੇ ਦੋਨੋਂ ਉਦਾਸ ਤੇ ਮੈਂ ਉਹਨੂੰ ਰੀਡ ਕਰ ਲਿਆ ਰੀਡ ਕਰ ਰਹੇ ਸੀ ਤੇ ਦੋਨੋਂ ਜਨਾਨੀਆਂ ਨਾ ਮੇਰੀ ਵਾਈਫ ਤੇ ਉਹਨਾਂ ਦੀ ਵਾਈਫ ਯਾਨੀ ਮੇਰੀ ਭਰਜਾਈ ਤੇ ਉਹਨਾਂ ਦੀ ਭਰਜਾਈ ਭੌਜੀਆਂ ਆ ਰਹੀ ਖੇਡਦੀਆਂ ਹੋਈਆਂ ਤੁਹਾਨੂੰ ਬੜੀ ਦਿੱਕਤ ਹੋਈ ਡਾਕਟਰਾਂ ਨੂੰ ਦਿੱਕਤ ਦੋਨੋਂ ਨੇ ਪੜਿਆ ਚਿਹਰਾ ਡਾਕਟਰ ਸਾਹਿਬ ਕਹਿੰਦੇ ਨੇ ਨਹੀਂ ਮੈਂ ਕਿਹਾ ਸ਼ੁਰੂ ਮੈਂ ਕੀਤਾ ਮੈਂ ਡਾਕਟਰ ਸਾਹਿਬ ਦੇਖੋ ਤੁਹਾਡੀ ਭਰਜਾਈ ਨਾ ਬਿਲਕੁਲ ਲਲਿਤਾ ਪਵਾਰ ਨਹੀਂ ਲੱਗ ਰਹੀ ਉਹ ਥੋੜੀ ਸੁਡੋਲ ਹੈ ਮੇਰੀ ਵਾਈਫ ਬਿਲਕੁਲ ਲਲਿਤਾ ਪਵਾਰ ਨਹੀਂ ਲੱਗ ਰਹੀ ਕਹਿੰਦੇ ਤੇਰੀ ਕਿਹੜੀ ਸ਼ਸ਼ੀਕਲਾ ਲੱਗ ਰਹੀ ਹੈ ਉਹ ਗੋਰੀ ਚਿੱਟੀ ਹੈ ਉਹ ਨਹੀਂ ਉਹ ਮਾਕੜ ਐਸਾ ਅਸੀਂ ਵੀ ਹੱਸ ਲਿਆ ਸਾਡਾ ਮੂਡ ਵੀ ਠੀਕ ਹੋ ਗਿਆ ਹੈ ਨਾ ਗੁੱਸਾ ਕੱਢਣ ਦਾ ਇਹ ਵੀ ਤਰੀਕਾ ਜੋ ਥੋੜੀ ਕਿਸੇ ਨੂੰ ਜਾ ਕੇ ਦਿਲ ਭੌਂਕੀਏ ਜਾ ਕੇ ਤਾਂ ਗੁੱਸਾ ਨਿਕਲੇ ਟੈਨਸ਼ਨ ਨੂੰ ਡਾਇਵਰਟ ਕਰਨ ਦੀ ਲੋੜ ਹੁੰਦੀ ਹੈਗੀ ਹਾਂ ਉਹਨੂੰ ਡਾਇਰੈਕਸ਼ਨ ਦੇਣੀ ਹੈ ਇੱਕ ਹਾਂ ਆਪਣੇ ਗੁੱਸੇ ਨੂੰ ਵੀ ਡਾਇਰੈਕਸ਼ਨ ਦੇਣੀ ਹੈ ਮਾਈਂਡ ਜਦੋਂ ਇੱਕ ਵਾਰੀ ਸਟ੍ਰੈਸ ਚ ਆ ਗਏ ਤੇ ਇਮੀਡੀਏਟਲੀ ਉਹਨੂੰ ਇੱਕ ਅਲੱਗ ਮੋਡ ਵਿੱਚ ਲੈ ਜਾਂਦੇ ਆ ਤੇ ਹਾਂ ਸਟ੍ਰੈਸ ਇੱਕਦਮ ਰਿਲੀਜ਼ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਹੁਣ ਉਹ ਬੜੀਆਂ ਗੱਲਾਂ ਯਾਦ ਆਉਂਦੇ ਤੁਹਾਨੂੰ ਕਹਿੰਦੇ ਉਹ ਕਹਿੰਦੇ ਤੁਸੀਂ ਕੁਐਸਚਨ ਕਰੋ ਮੈਨੂੰ ਤੇ ਮੈਂ ਤਾਂ ਜਵਾਬ ਦਿਆਂਗਾ ਹੈਨਾ ਨਹੀਂ ਤੇ ਮੈਂ ਤੇ ਤੁਹਾਨੂੰ ਤਿੰਨ ਕਿਤਾਬਾਂ ਪੜ੍ਹ ਕੇ ਸੁਣਾ ਦਾਂਗਾ ਮੇਰੇ ਤੋਂ ਆਨੈਸਟਲੀ ਮੈਨੂੰ ਕੁਐਸਚਨ ਪੁੱਛੇਗਾ ਮੈਂ ਤੇ ਸੁਣ ਲਓ ਮੈਂ ਆਜ ਤੋਂ ਮੈਂ ਨਹੀਂ ਮੈਂ ਨੀਚੇ ਸੁਣਾ ਦੂੰਗਾ ਆਪਕੋ ਗਮਲੇ ਮੈਂ ਆਪ ਯਹਾਂ ਜੋ ਆਪਨੇ ਟਾਕ ਸ਼ੋ ਮੈਂ ਹੈ ਨਾ ਉਸਕੇ ਲਈ ਆਪ ਜੋ ਆਪ ਸੀਰੀਅਸ ਕੁਐਸਚਨ ਪੁੱਛੋ ਕੋਈ ਬਾਤ ਨਹੀਂ ਕੋਈ ਵੀ ਪੁੱਛੋ ਸਵਾਲ ਸੀਰੀਅਸਲੀ ਪੁੱਛੀ ਨਹੀਂ ਬਾਪ ਇੱਕ ਵਾਰ ਦੇਖ ਲੈ ਨਾ ਸਵਾਲ ਕੋਈ ਵੀ ਪੁੱਛੋ ਮੈਂ ਝੂਠ ਨਹੀਂ ਬੋਲਦਾ ਬੰਦਾ ਕੋ ਵਕਤਾ ਬਹਿ ਜਾ ਸਾਲਾ ਮੇਰੇ ਤਲਾਕ ਹੋ ਜਾ ਦੂਜਾ ਸੁਣਦਾ ਸਾਲਾ ਇਹੋ ਜਿਹਾ ਵੀ ਨਾ ਬੁਲਵਾ ਦੇਣਾ ਸੱਚ ਅੱਛਾ ਤੋ ਅਗਰ ਆਪਕੋ ਇੱਕ ਦਿਨ ਕੇ ਲਈ ਲਾਫਟਰ ਮਿਨਿਸਟਰ ਬਣਾ ਦਿਆ ਜਾਏ ਬੇਵਕੂਫ ਬਣਾ ਦਿਆ ਜੀਤ ਗਿਆ ਮੈਂ ਇਲੈਕਸ਼ਨ ਔਰ ਲੋਕ ਬੇਵਕੂਫ ਬਣਾ ਦਿਆ
हाथ से हाथ में जीत गया। तो तुम मुझे सबसे पहले आगरा ले गए पागलखाने। अच्छा हाँ, कहते चलो हमको आगरा पागलखाना दिखाते हैं, वहां पे जगह है नहीं, हमने पागलों को कहते एडजस्ट किया हुआ, आप फंड तो देते नहीं हो। तो गए तो मुझे ले गए अंदर। तो जब एंट्री पे ही ना ऑफिस के बाद एक पागल बैठा ना अच्छे अच्छे कर रहा, नकली हाथ में कटोरा बना के ना। तो मैं पंगे लेने की आदत तो है ही, मैंने कहा पागी कह रहे हैं, कहते मच्छियां पड़ रहे हैं। नहीं पहले कहता तू जा, तू नहीं समझेगा। मैं कह जाते थे ही, कहते मच्छियां पड़ रहे हैं। मैं कह अंदर कह मच्छियां आ रही, कहते मैं क्या थी ना नहीं समझेगा। मैं चल रहा, मैं अगे चला गया। अगे कहते उन्होंने ऑफिस है सज्जे हाथे एक कमरा है, ओद बेड़िया बने पागल जंजीर भी, तो खब्बे हाथ भी कमरा है ऑफिस के नाल, उत्थे भी बेड़े बनया। तो मैं देखा इन्नी वड्डी फोटो उन्हें पकड़ी हुई, एक पागल उन्होंने चट रहा है, चूम रहा है, शेरो शायरी कर रहा है, तो दूसरा उन्होंने जुतियां मार रहा है, गल कर रहा है। तो मैं देखे मैं उन्होंने कहा, मैं यार फोटो तो एक ही है, कहता वो। मैं फिर कहना दोनों खतरनाक पागल ने। मैं किस तरह, कहते हैं जरा चुम जट रहा है ना, ऐसा विह नहीं होया नाल, जरा कुट रहा मार रहा तो विह हो गया। तो मैं समझ नहीं आया, इन्ना दिमाग तो मेरा है नहीं। मैं अगे ला चलो, मैं अगे गए तो कहते देखो तुम कमरे के फंड नहीं सू सेंशन किया, अभी पेड़ बच्चे पागल बिठाए हुए। देखा पेड़ से एक पागल टी 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 कर रहा है, अगले पेड़ से वो गुर, तीजे पेड़ से वो कार चला रहा, एक ट्रैक्टर चला रहा, एक बैल ठेला चला रहे। सब तो अखीर में एक पागल चुपचाप बैठा उपर पेड़ से। मैं फिर पंगा लिया, मैं यार पिछे से पागल का रोला पाया, तू बड़ा शांत है तू। कहता अच्छा आंटी अगे आ गए। मैं क्या मेरे ना चला था, मैं पागल हो जाएगा। वो आया तो एक पागल घा बढ़ रहा थी, घा बढ़ रहे घास काट रहा था, दांत घास नहीं थी ऐसे काट रहा था। तो पागल रहा था, तो मैं ऐसे पंगे ले लिया। मैं बाकी कह रहा है, कहना घा बढ़ रहा। मैं घा कितने थे, दांत नहीं कितने, उन्हें कुरिया इनू। तो मैं उतो दौड़ पिया, जो दौड़ पा ना कुत्ता पिछे पै जाता, वो मेरे पिछे पै गया। और जी वो चार चक्कर पूरे ग्राउंड से लवाते उन्हें, और मैं गोगड़ ला के उत्साह उत्साह हो गया। मैं क्या मैं वैसे मर जाएगा। तो मैं बह गया, मैं क्या मार ही देगा ना यार, मैं मर दे वैसे ही रहा, चलो इको एक मुश्त मार देगा झटका, मैं तो लाल हो रहा। तो मैं बह गया ना आके, मैंने मोटे हाथ का कहना छू लिया छू लिया। मैं किस पेट मार, मैं पहले छूना दिया और पहले क्या दंगा। चलो मैं क्या मैंने ला चलो मैं पागल हो जाऊंगा। वो वाकई अगे आए ना, एक पागल दीवार पेड़िया चुक के ना कान ला के खड़ा है। मैं फिर पंगा लिया, मैं उठ चलो आ गया। मैं क्या बाकी कह रहे हैं, कहते सु कर कि रहे हैं, कहते तू सुन मैं भी ला लिया कान। पांच मिनट में आ गया, मैं क्या मेरे आवाज नहीं आ रही। किस मिनट, कहते साल हो गया पांच साल तक खड़ोता आवाज नहीं आई, तेन पांच मिनट ही आ जाएगी। मैं क्या मैंने ला चलो। जब बाहर आया ना वो जो पागल बैठा कटोरा लैके, देखो जरा वो, मैं कह रहा इन्हें बेइज्जती की थी, इतों तो बदला ला ला जरूर। मैं क्या आप आ, कहता की है। मैं किनिया फड़िया, कहता की। मैं मच्छिया, कहता पागल है। मैं क्या तू तो क्या थी, कहता मैं तो पागल। तो मैं एक और भूल गया एक जगह के अंदर, वो कमरे में पैसेज पैसेज होंगे ना, वो सीमेंटेड पैसेज होंगे जिम्मे स्कूल के बाहर होंगे सी। एक पागल ना नकली कई लैके साहो साह पसीना पसीना,
ਤੇ ਮੈਂ ਫਿਰ ਪੰਗਾ ਲਿਆ, ਆਪਾਂ ਕੀ ਕਰ ਰਿਹਾ? ਕਹਿੰਦੇ ਮੈਨੂੰ ਪਿਆਸ ਲੱਗੀ। ਮੈਂ ਕਰ ਕੀ ਰਿਹਾ? ਕਹਿੰਦੇ ਖੂਹ ਖੋਦ ਰਿਹਾ, ਖੂਹ ਖੋਦ ਰਿਹਾ। ਮੈਂ ਕਿਹਾ ਪਿਆਸ ਤੇ ਮੈਂ ਨੀ ਭੁੱਲੇਗੀ। ਕਹਿੰਦਾ ਤੂੰ ਵੀ ਖੋਦ। ਜਦ ਸਾਹਮਣੇ ਮਹਿਕਲ ਹੋ ਗਿਆ, ਮੈਂ 5-6 ਵਾਰ ਕੀਤਾ ਨਾ, ਉਹਨੇ ਬਾਹ ਫੜ ਲਈ, ਰੱਖ ਕੇ ਪੇਟ ਮਾਰੇ। ਕਹਿੰਦੇ ਕੀ ਕਰ ਰਿਹਾ? ਮੈਂ ਕਿਹਾ ਬਿਆਨ ਲੱਗੀਏ, ਖੂਹ ਖੋਦ ਰਿਹਾ। ਕਹਿੰਦੇ ਮੈਨੂੰ ਕੱਚੇ ਤੇ ਖੋਦਨਾ, ਕੱਚੀ ਮਿੱਟੀ ਦੇ। ਮੈਂ ਤੂੰ ਤੇ ਖੋਦ ਰਿਹਾ? ਕਹਿੰਦਾ ਮੈਂ ਤੇ ਪਾਗਲ ਆ। ਮੈਂ ਕਿਹਾ ਵਾਕਈ ਯਾਰ, ਮਿਨਿਸਟਰ ਰਹਿ ਚੁੱਕਾ ਵਾ, ਹੈਲਥ ਮਿਨਿਸਟਰ। ਗਏ ਥੇ ਤੋ ਵਹਾਂ ਪੇ ਜਬ ਗਏ ਤੋ ਇੱਕ ਇਹਨਾਂ ਨੇ ਪੁੱਛਾ ਜੋ ਇੰਚਾਰਜ ਥਾ ਵਹਾਂ ਕਾ ਪਾਗਲਖਾਨੇ ਕਾ, ਕਿ ਕੈਸੇ ਆਈਡੈਂਟੀਫਾਈ ਕਰਤੇ ਹੋ ਕਿ ਕੌਨ ਸਾ ਪਾਗਲ ਜ਼ਿਆਦਾ ਪਾਗਲ ਹੈ, ਕਿ ਕਮ ਹੈ, ਜਾਂ ਕਿਸ ਕੋ ਕਿਤਨੇ ਟ੍ਰੀਟਮੈਂਟ ਕੀ ਜ਼ਰੂਰਤ ਹੈ, ਤੋ ਕੈਸੇ ਆਈਡੈਂਟੀਫਾਈ ਕਰਤੇ ਹੋ? ਤੋ ਕਹਿਤਾ ਜੀ ਯੇ ਨਾ ਹਮਨੇ ਪਾਣੀ ਕਾ ਬੜਾ ਸਾ ਡਰਮ ਭਰ ਕੇ ਰੱਖਾ ਹੁਆ ਹੈ, ਔਰ ਉਸਕੇ ਸਾਥ ਇੱਕ ਚਮਚ ਪੜਾ ਥਾ, ਇੱਕ ਮਗ ਹੋਤਾ ਹੈ, ਇੱਕ ਵੋ ਪੜਾ ਥਾ, ਇੱਕ ਬਾਲਟੀ ਪੜੀ ਥੀ, ਤੋ ਜੋ ਅਗਰ ਚਮਚ ਸੇ ਇਸੇ ਖਾਲੀ ਕਰਤਾ ਹੈ, ਉਸੇ ਲੈ ਕੇ ਆਤੇ ਹੈ, ਉਸੇ ਕਹਤੇ ਇਸੇ ਖਾਲੀ ਕਰ, ਅਗਰ ਚਮਚ ਸੇ ਕਰਤਾ ਹੈ ਤੋ ਹਮੇ ਪਤਾ ਲੱਗ ਜਾਤਾ ਹੈ ਕਿ ਯੇ ਬਹੁਤ ਜ਼ਿਆਦਾ ਪਾਗਲ ਹੈ, ਚਮਚ ਸੇ ਦੋ ਦਿਨ ਮੈਂ ਵੀ ਖਾਲੀ ਨਹੀਂ ਹੋਵੇ ਇਤਨਾ ਬੜਾ ਡਰਮ, ਦੂਸਰਾ ਕੋਈ ਮਗ ਸੇ ਕਰਤਾ ਹੈ, ਤੋ ਮੀਨਸ ਕਿ ਵੀ ਯੇ ਥੋੜਾ ਕਮ ਹੈ ਉਸਸੇ ਟ੍ਰੀਟੇਬਲ, ਹਾਂ ਟ੍ਰੀਟੇਬਲ ਹੈ, ਔਰ ਅਗਰ ਕੋਈ ਬਾਲਟੀ ਸੇ ਕਰਤਾ ਹੈ ਤੋ ਮੀਨਸ ਕਿ ਵੀ ਉਹ ਕਾਫੀ ਜਲਦੀ ਠੀਕ ਹੋ ਸਕਦਾ ਹੈ, ਲੇਕਿਨ ਜ਼ਿਆਦਾ ਦਿੱਕਤ ਨਹੀਂ। ਓਕੇ ਰਿਪੋਰਟ ਹੈ, ਹਾਂ ਓਕੇ ਓਕੇ ਤਾਂ ਨਹੀਂ, ਲੇਕਿਨ ਪਾਗਲ ਹੈ ਵੀ ਬਾਲਟੀ ਸੇ ਕਰ ਰਹਾ। ਤੋ ਇਹਨਾਂ ਨੇ ਕਿਹਾ ਕਿ ਯਾਰ ਕਮਾਲ ਹੈ, ਅਗਰ ਆਪਕੋ ਮਤਲਬ ਕਿ ਕਹੇ ਤੋ ਆਪ ਕੈਸੇ ਖਾਲੀ ਕਰੋਗੇ? ਕਹਿੰਦਾ ਨੈਚੁਰਲੀ ਮੈਂ ਵੀ ਬਾਲਟੀ ਸੇ ਕਰੂੰਗਾ। ਉਹਨਾਂ ਨੇ ਕਿਹਾ ਜੀ 39 ਨੰਬਰ ਬੈੱਡ ਪਰ ਲੈ ਜਾਓ ਔਰ ਇਨਕੋ ਵੀ ਦਾਖਲ ਕਰਵਾ ਦਿਓ। ਕਹਿੰਦੇ ਕਿਉਂ? ਮੈਨੇ ਤਾਂ ਬਾਲਟੀ ਸੇ ਕਰਾਇਆ ਥਾ। ਕਹਿੰਦੇ ਪਰ ਨੀਚੇ ਨਲਕਾ ਲਗਾ ਨਾ, ਉਸੇ ਖੋਲ ਦੋ ਨਾ, ਤਾਂ ਉਸ ਸੇ ਨਲਕਾ ਨਹੀਂ ਆਵਾ ਨੇ। ਇਹਨਾਂ ਇੱਕ ਗੱਲ ਹੋਰ ਦੱਸਾਂ, ਆਪਣਾ ਕਿੱਸਾ ਦੱਸਾਂ ਵਾ, ਬਿਲਕੁਲ ਰੀਅਲ। ਹਾਂ ਹਮ ਨਾ ਤੀਨ ਭਾਈ ਹੈ, ਅਬ ਆਪ ਥਾਮ ਲੋ ਪੇਟ ਪਕੜ ਕੇ ਬੈਠਣਾ। ਹਮ ਤੀਨ ਭਾਈ ਹੈ, ਤੀਨ ਭਾਈ ਮੈਂ ਇੰਸੀਡੈਂਟਲੀ ਸਭ ਦਸਤਾਂ ਵਿੱਚ ਬੜਾ ਹੂੰ, ਤੋ ਇੱਕ ਬੀਚ ਵਾਲਾ ਹੈ, ਸਭ ਤੋਂ ਛੋਟਾ ਹੈ, ਤੋ ਮੇਰੀ ਸ਼ਾਦੀ ਕੋ 15 ਸਾਲ ਹੋ ਚੁੱਕੇ ਥੇ, ਔਰ ਬੀਚ ਵਾਲੇ ਭਾਈ ਕੋ 10 ਸਾਲ ਹੋ ਗਏ ਥੇ, ਔਰ ਜੋ ਸਭ ਤੋਂ ਛੋਟਾ ਥਾ ਨਾ, ਉਸਕੋ ਅਭੀ ਕੁਛ ਮਹੀਨੇ ਹੋਏ ਥੇ, ਸਾਲ ਹੋ ਗਿਆ ਹੋਗਾ। ਤੋ ਡਰਾਇੰਗ ਰੂਮ ਮੇਂ ਬੈਠੀਆਂ ਤਿੰਨੋਂ ਲੇਡੀਜ਼, ਦਰਾਣੀਆਂ ਜਾਣੀਆਂ, ਤੋ ਸਵੈਟਰ ਬੁਣ ਰਹੀ ਹੈ, ਤੋ 5:30 ਵਜੇ ਤੋ ਦਰਵਾਜ਼ਾ ਖੜਕਾ, ਤੋ ਸਭ ਤੋਂ ਨਈ ਵਾਲੀ ਸ਼ਾਦੀ ਹੋਈ ਸੀ ਨਾ, ਨਈ ਵਾਲੀ ਸਭ ਤੋਂ ਛੋਟੀ, ਉਹ ਉੱਠੀ ਦਿਮਾਗ ਤੇ ਦਰਵਾਜ਼ਾ ਖੋਲ੍ਹਾ, ਤੋ ਬੀਚ ਵਾਲੀ ਪੁੱਛਦੀ ਹੈ ਪੰਜਾਬੀ ਮੈਂ, ਇਹ ਆਏ ਨੇ? ਉਹ ਕਹਿੰਦੀ ਨਹੀਂ ਇਹ ਆਏ ਨੇ। ਤੋ ਮੇਰੀ ਠੰਡਾ ਸਾਲ ਆ ਕੇ ਬੋਲੀ, ਸ਼ੁਕਰ ਹੈ ਮੋਇਆ ਨੀ ਆ ਗਿਆ। ਮੇਰੀ ਕਵਿਤਾ ਤੇ ਪੂਰੀ ਹੈ, ਤੁਹਾਨੂੰ ਮੇਨ ਗੱਲ ਦੱਸ ਰਿਹਾ, ਫਿਰ ਮੈਂ ਕੀ ਗਿਆ, ਪੂਰੀ ਕਵਿਤਾ ਹੈ ਮੇਰੀ, ਤੇ ਫਿਰ ਕਵਿਤਾ ਬਣ ਜਾਂਦੀ ਹੈ ਜਦੋਂ ਗੱਲ ਹੁੰਦੀ ਛੋਟੀ ਜੀ, ਮਤਲਬ ਰਿਐਲਿਟੀ ਬੇਸ ਹੈ। ਜਗਦਲਪੁਰ ਇਲਾਕਾ ਮੱਧ ਪ੍ਰਦੇਸ਼ ਆ ਕੇ ਜਾ ਕੇ ਨਾ, ਜਗਦਲਪੁਰ ਕੈਪੀਟਲ ਹੈ ਵਹਾਂ ਕੀ, ਕਿਆ ਬੋਲਤੇ ਉਸਕੋ ਯਾਰ, ਆਦਿਵਾਸੀ ਇਲਾਕਾ ਹੈ, ਦਾਂਤੇ ਵਾਲਾ ਇਲਾਕਾ ਹੈ ਨਾ, ਜਾਂ ਨੈਕਸਟ ਲਾਈਟ ਏਰੀਆ, ਉਸ ਏਰੀਆ ਵਿੱਚ ਜੰਗਲੀ ਜੰਗਲ ਹੈ ਸਾਰਾ। ਤੋ ਮੇਰੇ ਬੂਆ ਜੀ ਕੇ ਬੇਟੇ ਰਹਿੰਦੇ ਆ, ਉਹ ਜੰਗਲ ਕਿੰਗ ਹੈ, ਉਹ ਬੜੀ ਹੈਲਪ ਕਰਦੇ ਆ ਉਨਕੀ, ਹਾਂ ਬਹੁਤ ਹੈਲਪ ਕਰਦੇ ਆ, ਵੀ ਆਰ ਵੈਰੀ ਕਾਇੰਡ। ਤੋ ਜੰਗਲੀ ਉਨਕੋ ਬੜਾ ਮਾਨਤੇ ਹੈ, ਉਨਕੀ ਬਿਮਾਰੀ ਇਲਾਜ ਕਰਾ ਦਿਆ, ਸਾਡੀ ਕਰਾ ਦੀ, ਤੋ ਉਹ ਜੰਗਲ ਮੇਂ ਕੋਈ ਨਹੀਂ ਜਾ ਸਕਦਾ,
तो जब मैं उनके पास गया घूमने गया था आपको, तो वो ले गए जंगल में, तो हम पूरी टीम के साथ, तो दो दिन दो रात जंगल में रहे। हाँ, और जंगल में रहे तो जब मैं दिल्ली आया तो मुझे सवेरे का सपना पहला वो जंगल का आया। सपने में क्या हुआ, मैं वहां गुम हो गया, मुझे रास्ते भूल जाता, जैसे अभी भी भूल गया उधर चला गया था, तुम्हारी सिस्टर मुझे लेने गई थी, तो मैं रास्ते भूल जाता हूँ, मैं बड़ा नालायक हूँ रास्तों में, तो वहां तो रास्ते होते ही नहीं जंगल में, तो सपने में मैं भूल गया रास्ता। अब थोड़ा घबराया भी, तो थोड़ी हिम्मत भी रखी, मैं क्या पंजाबी और दिल्ली वाला होने के, तो सामने से अंधेरे में ना रात को 12 बजे के टाइम एक 6.5 फुट की औरत, 6.5 फुट जनानी आई सामने, ऐसा बड़े बड़े नखून होते देखो, मोटी दांत, मोटे मोटे दांत, कान लंबे लंबे, मोटी आंखा, पुट्ठी पुट्ठी चप्पल पाई देखो, तो चिट्टे दूध दंद जिम्मे काले वाले चंद चमक रहे होंगे ना, सामने आगे मैंने कहनी तो मैं भी पंजाबी ना दिल्ली वाला आपको पूरा सदार होना, मैं भी कहता हूँ कहती तू डरदा नहीं, मैं क्यों डरा, कहते तन नहीं पता मैं चुड़े ना, मैं क्या डरा, मेरा अक् चपेट मारी, मैं साली जीजा ने मजाक कर दी। वो जो मैं गल सुना रहे थे ना पारे की लापटक लापे, वो जनानियां घूरन लग गया, जनानी मेरी नाल खड़ी थी, कहने इन सीधी शरीफ जनानी मोया की बकवास कर रहा, तो मैं भाप लिया, मैं मैं तो सारा आया यार, मैं कहते पैसे ले, मैं सारा यार तो सीरियस हो गए, हूं देखो मैं किमें पलटी गल, हूं तक तो मैं सच सुना रहा थी तुफना, हूं मैं झूठ मारिया, मैं कहने मेरी नींदर खुली, खिच के बैठ मेरे मुंह से बही, मेरी बीवी बोली मोया सवेरे सवेरे की बकवास आई हो, सारे खुश हो गए, मोए ने सुफने मारे सच मुझ पै गई। ठीक है जोली साहब, बहुत मजा आया जी, बहुत मजा आया, कोई सवाल मैं बोलते ही रहेंगे, राम बैठे रहो, मेरी मेरी 72 साल उम्र है, थोड़े जिन्ना ही ऑलमोस्ट सारा एक्सपीरियंस मेरा, तो बड़ा एक्सपीरियंस, मैं तो हमेशा लिख देना या याद रख लेना अपना एक्सपीरियंस। इन्नी हसी मजाक, इन्नी लाफ्टर दी गल, और इन्ने जोक्स किवें कोई सुना सकता है, मैं फिर अज नूं कहा तू मेरे नाल बैठे, असीं मिल के इंजॉय करांगे अज दे सेशन नूं, और रियली बहुत मजा आ रहा है, हसया खेडा कर आया कर, कहिंदी मैनूं कोई हसा नहीं सकदा, आपको डिप्रेशन वाला बंदा अज कल मेरे को हसा नहीं सकदा, 10 सेकंड बाद ना रुके, मैं हूं तू रुक के दिखा। तो मैं कहता जी कविता मैं चाहिए, कविता कला जाएगा जिन्ना मर्जी डीप डिप्रेशन जो, मैं गारंटी ना दूर करांगा बिना पैसे दे, बिना किसी दवाई दे, है ना, मैं डिप्रेशन ही मैं खुद गया थी, देखो है दीवे थले नेरा हुंदा, डॉक्टर अपना इलाज नहीं कर सकता, कहते हैं सच कहते, कोई भी डॉक्टर अपना इलाज नहीं कर सकता,
ਪੱਕੀ ਗੱਲ ਹੈ, ਡਾਕਟਰ ਆਪਣੀ ਦਵਾਈ ਆਮ ਨਹੀਂ ਲੈਂਦਾ, ਦੂਸਰੇ ਕੋਲ ਲੈਂਦਾ। ਤੇ ਅਸੀਂ ਤੇ ਡਾਕਟਰ ਹਾਂ, ਮੈਂ ਡਿਪਰੈਸ਼ਨ ਦੂਰ ਕਰ ਦਾਂਗਾ, ਲੇਕਿਨ ਆਪ ਡਿਪਰੈਸ਼ਨ ਜਾ ਦੇਣਾ, ਕਿਉਂਕਿ ਆਸਾਨ ਆ ਜਿਹੜਾ ਨਾ। ਦੇਖੋ ਮੈਂ ਕੀ ਕਹਿਣਾ, ਜਿਹੜੀ ਇੱਕ ਜੋਕ ਹੈ ਨਾ, ਜੋਕ ਜੋਕ ਟੂ ਕੱਟ ਏ ਜੋਕ ਇਜ਼ ਨਾਟ ਏ ਜੋਕ। ਕਿਸੀ ਕੋ ਹਸਾਨੇ ਕੇ ਲਈ ਆਪ ਜੋਕ ਮਾਰਤੇ ਹੋ, ਇੱਕ ਬੜਾ ਸੀਰੀਅਸ ਮੈਟਰ ਹੈ। ਹਾਂਸੀ ਇੱਕ ਬੜਾ ਸੀਰੀਅਸ ਮੈਟਰ ਹੈ। ਆਪ ਕਿਸੀ ਪੇ ਜੋਕ ਮਤ ਮਾਰੋ। ਅਬ ਇੱਕ ਬੰਦਾ ਫਿਸਲ ਗਿਆ, ਆਪ ਹੱਥ ਧੋ ਜਾ ਰਹਾ, ਬਸ ਇਤਨਾ ਹੀ ਕਾਫੀ ਹੈ, ਸਿਰ ਤੋੜ ਦੇਗਾ ਆਪ। ਜੋਕ ਤੋਂ ਬੜੀ ਦੂਰ ਕੀ ਬਾਤ ਹੈ, ਆਪ ਹੱਥ ਧੋ, ਮੁਸਕਰਾ ਦੋ। ਆਹ ਮੈਂ ਕਿਹਾ ਕਿਸੀ ਕਾ ਕੋਈ ਗਿਰ ਗਿਆ, ਛਿਲਕੇ ਪੇ ਮਾਰ ਲਓ, ਫਿਸਲ ਗਿਆ, ਹੱਸੀ ਆ ਜਾਂਦੀ ਹੈ ਨਾ, ਤਾਂ ਉਸ ਕੋ ਕਿੰਨਾ ਗੁੱਸਾ ਆਉਂਦਾ ਬੰਦਾ, ਹੈ ਨਾ। ਹਾਲਾਂਕਿ ਕਿਸੀ ਬਾਤ ਵੀ ਹੱਸਦੇ ਹੋ ਆਪ। ਅਗਲਾ ਉਮੀਦ ਕਰਦਾ ਹੈ ਕਿ ਮੁਝੇ ਯੇ ਉਠਾਏ, ਤੋ ਆਦਮੀ ਪਹਿਲੇ ਆਪਣੀ ਹੰਸੀ ਰੋਕੇ ਕਿ ਉਸਕੇ ਉਠੇ। ਤੋ ਯੇ ਹੰਸੀ ਯੇ ਬੜਾ ਹੀ ਸੀਰੀਅਸ ਮੈਟਰ ਹੈ, ਇਹ ਬੜਾ ਹੀ ਨਾਜ਼ੁਕ ਮੈਟਰ ਹੈ। ਇਸ ਲਈ ਕਹਿੰਦੇ ਕਿਸੀ ਕੋ ਹਸਾਨਾ ਜੋ ਹੈ ਨਾ, ਉਹ ਬੜਾ ਪੁੰਨ ਵੀ ਹੈ ਔਰ ਮੁਸ਼ਕਿਲ ਵੀ ਹੈ। ਰੁਲਾਣਾ ਬੜਾ ਆਸਾਨ ਹੈ, ਰੁਲਾਣਾ ਕਿਸੀ ਕੋ ਬੜਾ ਆਸਾਨ ਹੁੰਦਾ। ਆਪਣਾ ਦੁੱਖ ਸੁਣਾਣੇ ਬੈਠ ਜਾਓ, ਕਿਸੇ ਕੋ ਰੋਣੇ ਲੱਗ ਜਾਏਗਾ ਤੁਹਾਨੂੰ, ਹਾਂ। ਰੋਣਾ ਰੁਲਾਣਾ ਬੜਾ ਆਸਾਨ ਹੈ। ਸਨ 85 ਮੈਂ ਪਹਿਲੀ ਕਵਿਤਾ ਲਿਖੀ ਸੀ, ਔਰ ਕਹਾਂ ਲਿਖੀ ਸੀ ਅਬ ਆਪ ਪੁੱਛਦੇ ਹੋ, ਤੋ ਮੈਂ ਆਪਕੋ ਉਸਕੀ ਭੂਮਿਕਾ ਬਤਾਊਂ ਕਿ ਕਵਿਤਾ ਮੈਨੇ ਕੈਸੇ ਲਿਖੀ। 84 ਰਾਇਟਸ ਮੈਂ ਹਮ ਵੀ ਇਫੈਕਟਿਡ ਥੇ, ਹਮਾਰੇ ਆਫਿਸ ਮੈਂ ਵੀ ਆਗ ਲਗੀ, ਲੋਗੋਂ ਨੇ ਲੂਟਾ ਪਾਟਾ ਸਭ। ਤੋ ਹਮਾਰੇ ਫਾਦਰ ਲੁਧਿਆਣਾ ਮੈਂ ਪ੍ਰੋਪਰਟੀ ਲੈਣੇ ਚਲੇ ਗਏ, ਵਹਾਂ ਪੇ ਦੁਕਾਨੇ ਲੈ ਲਈ, ਦੁਕਾਨੇ ਲਈ, ਉਨਕੀ ਪਗੜੀ ਵਗੈਰਾ ਵੀ ਦਿਆ, ਔਰ ਵਹਾਂ ਲੋਕਰ ਲੈ ਆਏ, ਲੋਕਰ ਜੋ ਥੋੜ੍ਹੇ ਬਹੁਤ ਜੇਵਰ ਵਗੈਰਾ ਥੇ, ਕਿ ਵਹਾਂ ਲੋਕਰ ਮੈਂ ਰੱਖਿਆ। ਔਰ ਉਹ ਚਾਬੀ ਲੁਧਿਆਣਾ ਮੈਂ ਬੋਲਾ ਹੈ, ਲੁਧਿਆਣਾ ਚਾਬੀ ਬੋਲਾ ਹੈ। ਚਲੋ ਅਬ ਮੇਰੀ ਡਿਊਟੀ ਲੱਗੀ ਚਾਬੀ ਲਾਣੇ ਕੀ, ਤੋ ਹਮ ਡਿਊਟੀ ਹਮ ਤੋ ਵੀ ਪੂਰੀ ਨਿਭਾਤੇ ਹੈ। ਤੋ ਆਪਣਾ ਸ਼ਾਨੇ ਪੰਜਾਬ ਗਾੜੀ ਤਬ ਨਈ ਨਹੀਂ ਚੱਲੀ ਸੀ, ਤੋ ਮੈਂ ਟਿਕਟ ਬੁੱਕ ਕਰਵਾਈ, ਮੈਨੂੰ ਕਿਹਾ ਬੈਠ ਕੇ ਜਾਏਗੇ ਆਰਾਮ ਥੇ, ਕਮਰ ਮੈਂ ਮੇਰੇ ਦਰਦ ਰਹਿਤਾ ਥਾ, ਜੁਕਾਮ ਵੀ ਲਗਾ ਰਹਿਤਾ ਥਾ। ਤੋ ਜਹਾਂ ਸੇ ਮੈਂ ਜਬ ਸਟੇਸ਼ਨ ਪਹੁੰਚਾ, ਤੋ ਰਸਤੇ ਮੈਂ ਆਟੋ ਖਰਾਬ ਹੋ ਗਿਆ, ਇੱਕ ਆਟੋ ਖਰਾਬ ਹੋ, ਦੂਸਰਾ ਪਕੜਾ, ਉਹ ਵੀ ਖਰਾਬ ਹੋ ਗਿਆ। ਉਹ ਦਿੱਲੀ ਕੇ ਆਟੋ ਐਸੇ ਹੀ ਥੇ, ਪਹਿਲਾਂ ਰਿਕਸ਼ਾ ਪਕੜ ਕੇ ਮੈਂ ਚਲਤੀ ਟ੍ਰੇਨ ਪੇ ਚੜਾ, ਔਰ ਉਸ ਟ੍ਰੇਨ ਮੈਂ ਕਿਆ ਥਾ, ਮੈਂ ਆਪਣੀ ਸੀਟ ਤੱਕ ਤੋ ਪਹੁੰਚ ਗਿਆ, ਲੇਕਿਨ ਵਹਾਂ ਇੱਕ ਬਜ਼ੁਰਗ ਆਦਮੀ 80-85 ਸਾਲ ਕਾ ਹੋਗਾ, ਉਹ ਬੈਠਾ ਵਾ, ਔਰ ਕਿਸੀ ਕੋ ਔਰ ਸਾਥ ਮੈਂ ਬਿਠਾ ਰੱਖਾ ਆਪਣੇ ਸਾਥੀ ਕੋ। ਅਬ ਹਮ ਲੋਗ ਕੋ ਸੀਟ ਆਫਰ ਕਰਨੇ ਵਾਲੋ ਮੈਂ ਥੇ, ਅਬ ਮੈਂ ਉਠਾ ਤੋ ਸਕਦਾ ਨਹੀਂ, ਔਰ ਨਾ ਆਪਣੀ ਐਸੀ ਫਿਤਰਤ ਹੈ ਕੋਈ। ਤੋ ਵਹਾਂ ਪੇ ਰਸ਼ ਬੜਾ ਥਾ, ਲੋਕ ਖੜੇ ਵੀ ਥੇ, ਤੋ ਮੁਝੇ ਜੁਕਾਮ ਲਗਾ, ਤੋ ਤਬ ਗੋਲੀ ਆਤੀ ਥੀ ਐਕਟੀਫੈਡ, ਐਸਟੀਫੈਡ ਵੀ ਬੋਲਤੇ ਹੈ ਉਸਕੋ, ਆਜ ਬੈਨ ਹੋ ਗਈ ਹੈ, ਉਸਨੇ ਐਂਟੀ ਐਲਰਜੀ ਗੋਲੀ, ਤੇ ਉਹ ਉਸੇ ਨੀਂਦ ਬੜੀ ਆਤੀ ਥੀ, ਤੋ ਮੈਂ ਉਹ ਖਾ ਕੇ ਨਾ ਉਸਕੇ ਪੈਰਾਂ ਮੈਂ ਬੈਠ ਗਿਆ, ਤੋ ਨੀਂਦ ਆਈ ਆਪ ਕੋਲ, ਮੈਂ ਸੋ ਗਿਆ। ਮੈਨੂੰ ਕਿਹਾ ਚਲੋ ਯਾਦ ਉਠਾਏਗਾ ਤੋ ਨਹੀਂ ਮੁਝੇ, ਮੇਰੀ ਸੀਟ ਹੈ, ਤੋ ਮੈਂ ਸੋ ਗਿਆ। ਤੋ ਵਹਾਂ ਬੈਠੇ ਬੈਠੇ ਜੋ ਬੁੜਾ ਆਦਮੀ ਥਾ ਬਜ਼ੁਰਗ, ਉਹ ਦੂਸਰੇ ਕੋ ਆਪਣੀ ਦਾਸਤਾਂ ਬਤਾ ਰਿਹਾ ਥਾ, ਦਾਸਤਾਂ ਯਮੁਨਾ ਪਾਰ ਸੇ ਵੋ ਲੁਧਿਆਣੇ ਜਾਇਆ ਕਰਦਾ ਥਾ, ਵਹਾਂ ਦੇ ਕੰਬਲ ਫੇਸ ਖੇਸ ਲੈਣੇ ਕੇ ਲੀਏ, ਤੋ ਉਸਕੋ ਉਸਕੇ ਚਾਰ ਬੇਟੇ ਥੇ, ਔਰ ਦੁਖੀ ਥਾ ਬੜਾ, ਦੁਖੀ ਥਾ ਬਹੁਤ। ਹਮਾਰੇ ਹਿੰਦੁਸਤਾਨ ਮੈਂ, ਤੋ ਦਿੱਲੀ ਮੈਂ ਕਿਆ, ਪੂਰੇ ਹਿੰਦੁਸਤਾਨ ਮੈਂ, ਉਹ ਬੇਟਾ ਪੈਦਾ ਹੋਤਾ ਤੋ ਲੋਕ ਬੰਗੜੇ ਡਾਲਤੇ ਹੈ,
खुशियां मनाएंगे, मिठाई बांटेंगे, पार्टियां करेंगे, और लड़की पैदा हो जाए तो रोते हैं। अब उसकी बात बता रहा हूँ, चार बेटे और वो रो रहा है। मैंने कहा तो लाना था यार फिर, है ना, जो लड़की पे रोते हैं उन पे लाना था। अब सुनो उसकी दास्तान, में सुनते सुनते सो गया, और मेरे सपने में वो बाबा मर गया। अब मैं कविता मेरी कहां से शुरू होती है, तो मेरी पहली कविता अखबार वहां से कोई बंदा भूल गया, मैंने उठाई उस पे कतरन पे मैंने पॉइंट लिख ली पहली कविता मेरी जी। तो जाते ही मैं अपनी मौसी के घर, मैंने कहा थोड़े मुझे 10 मिनट के लिए छोड़ दो, कुछ मैं लिख रहा हूं। तो मैंने दरवाजा बंद करके वो कविता लिखी, एज इट इज, कोई चेंज नहीं किया, कुछ भी नहीं। वो मेरी पहली किताब में है, कोड़े सच में। अरे वो सुनोगे कविता? थोड़ी एक 1.5 मिनट से ऊपर तो कविता होती नहीं मेरी ज्यादातर। वो कहता ओ जो मैनू बालन आए, अज छोड़ गए हद बन, कुछ ता मेरे अपने बच्चे, यार साले भाई, वो सके कुछ रिश्ते वाले ने, सारी उम्र मैं अख खोल रखी, अख कर बंद मैं अज होश संभाले ने, सारी उम्र नहीं बोल सकिया मैं, अज नहीं कोई सुन सकता मैनू, पर खोले मुंह तो मैं अज ताले ने, सारी उम्र जिस मुंह खादी सुकी टीन क्यों देसी दे मोए मुंह डाले ने, सारी उम्र मैं पाइया लीरा कपड़े नवे नकोर, अज पाले जींदे जी ता शाह इक ने उड़ी सुती, उड़ाए मोहे ते रेशमी शाले दुशाले ने, सारी उम्र तरपाया राज के मैनू, आत्मा प्यो दी शांति लई एना करने हुण उठा लेने, जद भी सां कुछ बोलन लगदा लाए मां इना दी मुंह मेरे ताले ने, कहंदी मेरे जिगर दे टुकड़े महीने नौ मैं कुक दे विच संभाले ने, कहंदा तां ही शायद आपो रह भुखिया तू टिड इना दे पाले ने, आपो नहीं पढ़ सकिया बोता नहीं इमोशनल हो जाना तू टेढ़े ना दे पाले ने, मैं क्या ता ही शायद आपो रह भुखिया तू टेढ़े ना दे पाले ने, कहंदी तू भी ता को घट नहीं कीती बुढ़िया आपो नहीं पढ़ सकिया बोता, बच्चे बहुत पढ़ा लेने आपो बेचिया चादरा सारी उम्र है तू, बच्चे डॉक्टर इंजीनियर कोई वकील बना लेने। अखीर बूढ़ा कहंदा ओ पुत्रो ओ गलती ओ ना करना कदे भी जो कीती तुहाडे प्यो साले ने, सारी उम्र अख खोल रखी अख कर बंद अज सोच संभाले ने, अख कर बंद अज सोच, मेरी पहली पोइम सी। ਉਹਦੇ ਬਾਅਦ ਮੈਂ ਰੁਕਿਆ ਨਹੀਂ, ਫਿਰ ਬਹੁਤ ਹੀ ਕੜਵੀ ਸੱਚਾਈ। ਮੈਂ ਮਾਫ ਕਰਦਾ ਮੈਂ ਇਮੋਸ਼ਨਲ ਹੋਇਆ, ਨਹੀਂ ਮੈਂ ਸਮਝ ਸਕਦਾ ਜਿਹੜੀਆਂ ਤੁਹਾਡੀਆਂ ਫੀਲਿੰਗਸ ਨੇ, ਕਿਉਂਕਿ ਸਾਡੇ ਇੱਥੇ ਕਿਹਾ ਜਾਂਦਾ ਹੈ ਕਿ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਨੇ, ਮਾਵਾਂ ਦਾ ਪਿਆਰ ਬਹੁਤ ਕਵਿਤਾਵਾਂ ਦੇ ਵਿੱਚ ਕਹਾਣੀਆਂ ਦੇ ਵਿੱਚ ਸਭ ਜਗ੍ਹਾ ਦੇਖਣ ਨੂੰ ਪੜ੍ਹਨ ਨੂੰ ਮਿਲਦਾ, ਲੇਕਿਨ ਮੈਂ ਇੱਕ ਚੀਜ਼ ਜ਼ਰੂਰ ਕਹਾਂਗਾ
ਕਿ ਪਿਓ ਜਿਹੜਾ ਹੈਗਾ ਤੇ ਮਾਵਾਂ ਠੰਡੀਆਂ ਛਾਵਾਂ ਨੇ ਤੇ ਪਿਓ ਏਸੀ ਵਰਗਾ ਹੁੰਦਾ ਹੈ, ਬਸ ਸਿਰਫ ਇਹ ਕਮੀ ਹੈ ਕਿ ਉਹਦਾ ਕੰਪਰੈਸਰ ਕਦੀ ਕਦੀ ਗਰਮ ਹੋ ਜਾਂਦਾ ਹੈ, ਇਸ ਕਰਕੇ ਉਹਦੀ ਤਰੀਫ ਘੱਟ ਹੁੰਦੀ। ਦੇਖੋ ਪਿਓ ਤੇ ਨਾਰੀਅਲ ਹੈ, ਨਾਰੀਅਲ ਨਾਰੀਅਲ ਹੈ, ਉੱਤੋਂ ਸਖਤ ਹੈ, ਅੰਦਰ ਨਰਮ ਚਿੱਟਾ ਦੁੱਧ। ਆਪਣਾ ਖਿਆਲ ਰੱਖੀ, ਤਪ ਕਰੇ ਤੈਨੂੰ ਤੱਤੀ ਵਾਹ ਵੀ ਨਾ ਲੱਗੇ। ਕਹਿੰਦਾ ਕੈਨੇਡਾ ਚੱਲਿਆ, ਉੱਥੇ -25 ਡਿਗਰੀ ਟੈਂਪਰੇਚਰ, ਚਲੋ ਤੇ ਕੋਈ ਗੱਲ ਨਹੀਂ, ਪਰ ਆਪਣਾ ਖਿਆਲ ਰੱਖੀ। ਕਹਿੰਦਾ ਬੇਬੇ ਫਿਕਰ ਨਾ ਕਰ, ਮੈਂ ਖਿਆਲ ਰੱਖਾਂ। ਕਹਿੰਦੀ ਨਹੀਂ, ਗੱਲਬਾਤ ਹਾਲ ਚਾਲ ਪੁੱਛਣ ਵਾਲੇ ਤੇ ਬੜੇ ਮਿਲ ਜਾਂਦੇ ਨੇ, ਨੱਕ ਪੂੰਜਣ ਵਾਲਾ ਕੋਈ ਨੀ ਮਿਲਦਾ। ਤੈਨੂੰ ਨੱਕ ਨੀ ਪੂੰਜਣਾ ਤੇ ਮੈਨੂੰ ਉਹਦਾ ਫਿਕਰ। ਅਗਿਲ, ਜੈਸੇ ਅਭੀ ਇਤਨਾ ਫਨ ਮਾਹੌਲ ਹੈ ਤੋ ਆਪਨੇ ਬਤਾ ਕਿ ਆਪ ਫਨੀ ਪੋਮਸ ਵੀ ਲਿਖਤੇ ਹੋ, ਤੋ ਆਪਕੀ ਆਪ ਇੱਕ ਵਾਰ ਹਮੇ ਆਪਣੀ ਬੁਕਸ ਦਿਖਾ ਦੋ, ਔਰ ਪਲੀਜ਼ ਆਪਣੀ ਸਬਸੇ ਫਨੀ ਵਾਲੀ ਜੋ ਪੋਮ ਹੈ, ਜੋ ਆਪਕੀ ਫੇਵਰੇਟ ਬੁੱਕ ਜਾਂ ਫੇਵਰੇਟ ਪੋਮ ਹੈ ਫਨੀ ਵਾਲੀ, ਆਪ ਉਹ ਸੁਣਾ ਦੋ ਇੱਕ ਵਾਰ ਪਲੀਜ਼। ਅਭੀ ਪੋਮ ਹੋਰ ਸੁਣਨੀ ਹੋਵੇ ਤਾਂ ਮੈਨੂੰ ਕਾਫੀ ਸੁਣਾ ਦੂਗਾ ਪੋਮ ਦੋ। ਲੇਕਿਨ ਨਾ ਮੈਂ ਆਪਕੋ ਬਤਾਊਂ ਆਪਣੇ ਬਾਰੇ ਮੈਂ ਥੋੜ੍ਹਾ ਮੈਂ ਬਤਾ ਦੂੰ, ਇਸੇ ਬਹਾਨੇ ਆ ਮੌਕਾ ਹੈ ਤਾਂ ਮੈਂ ਬਤਾ ਦੂੰ। ਮੈਂ ਕਭੀ ਐਸੇ ਨਹੀਂ ਕਰਦਾ ਕਿਸੇ ਆ, ਆਈ ਨੈਵਰ, ਇਹ ਸਮਝਦਾ ਨਾ ਸਿੱਖੋ ਮੈਂ, ਮਾਰੇ ਗੁਰੂ ਨੇ ਗੁਰੂ ਗੋਬਿੰਦ ਸਿੰਘ ਨੇ ਬੋਲਿਆ ਐਸੇ ਨਹੀਂ ਕਰਨਾ, ਤੋ ਮੈਂ ਨਹੀਂ ਕਰਦਾ, ਆਲਵੇਜ਼ ਐਸੇ ਕਰ। ਅਗਰ ਨਹੀਂ ਕਰ ਸਕਦੇ ਐਸੇ ਕੋਈ ਐਸੇ ਨਹੀਂ ਕਰਨਾ, ਹੈ ਨਾ, ਅਗਰ ਹੈ ਤੋ ਐਸੇ ਕਰੋ, ਨਹੀਂ ਤੋ ਐਸੇ ਨਹੀਂ। ਮੈਂ ਬੱਚੋਂ ਕੀ ਸ਼ਾਦੀ ਪੇ ਜਾਂ ਕੋਈ ਫੰਕਸ਼ਨ ਕਰੂੰ, ਮੈਂ ਸਗਨ ਨਹੀਂ ਲੈਤਾ ਕਿਸੇ ਸੇ। ਇਸਮੇ ਮੇਰੇ ਕੋ ਵੋ ਧਿਆਨ ਆਤੀ ਹੈ ਬਾਤ ਗੁਰੂ ਗੋਬਿੰਦ ਸਿੰਘ ਕੀ, ਐਸੇ ਨਹੀਂ ਕਰਨਾ, ਹੈ ਨਾ। ਇਸਮੇ ਕੋਈ ਮੇਰੀ ਅਕੜ ਵਾਲੀ ਕੋਈ ਸ਼ਾਨ ਵਾਲੀ ਬਾਤ ਨਹੀਂ ਹੈ, ਕਿਉਂਕਿ ਆਪ ਟਾਕ ਸ਼ੋ ਹੋ ਰਿਹਾ ਤੋਂ ਬਤਾ ਰਹਾ ਹੂੰ ਕਿ ਮੈਂ ਦੇਤਾ ਜ਼ਰੂਰ ਹੂੰ, ਕਿਉਂਕਿ ਮੈਂ ਡਰਪੋਕ ਹੂੰ, ਮੈਂ ਰੈਵੋਲਿਊਸ਼ਨਰੀ ਹੂੰ, ਪਰ ਆਦਾ ਕਿ ਜੋ ਮੇਰੇ ਹੱਥ ਮੇ ਹੈ ਨਾ ਉਹ ਆਸਾਨ ਹੈ ਨਾ ਕਰਨਾ, ਹੈ ਨਾ ਜੀ। ਕਿਉਂ ਕਿਸੇ ਦੀ ਚੀਜ਼ ਲੈਣੀ ਮੁਸ਼ਕਿਲ ਹੁੰਦੀ ਹੈ, ਦੇਣੀ ਤਾਂ ਬੜੀ ਆਸਾਨ ਹੈ, ਦੇਣੇ ਕਿੱਦਾਂ ਸਵਾਰੇ ਉੱਥੇ, ਤੋ ਇਸ ਵਜ੍ਹਾ ਜਦ ਇੱਕ ਮੈਂ ਇਹ ਨਹੀਂ ਲੈਤਾ। ਅਬ ਮੈਂ ਬਤਾਊ, ਉਹ ਕਹਿੰਦੇ ਐਸੇ ਕੈਸੇ ਹੋ ਸਕਦਾ, ਤੋ ਇੱਕ ਮੇਰਾ ਫਰੈਂਡ ਥਾ, ਇੱਕ ਕਿੱਸਾ ਬਤਾ ਦੋ, ਤੋ ਮੁਝੇ ਸਗਨ ਦੇ ਰਿਹਾ ਤੋ ਮੈਂ ਲੈ ਨਹੀਂ ਰਿਹਾ ਥਾ, ਮੈਨੂੰ ਕਿਹਾ ਮੈਂ ਨਹੀਂ ਲੈ ਰਿਹਾ, ਕਹਿੰਦਾ ਨਹੀਂ ਮੇਰੇ ਤੇ ਲੈਣਾ ਪੜੇਗਾ, ਮੈਂ ਕਿਹਾ ਮੈਂ ਕਿਸੇ ਤੇ ਵੀ ਲੈ ਰਿਹਾ ਹੋਣਾ ਤੋ ਪਹਿਲੇ ਤੇਰੇ ਸੇ ਲੂੰਗਾ, ਉਸਕੋ ਸਮਝ ਆ ਗਈ ਬਾਤ। ਨੈਕਸਟ ਮੰਥ ਉਸਕੀ ਬੇਟੀ ਕੀ ਸ਼ਾਦੀ ਥੀ, ਤੋ ਮੈਂ ਗਿਆ ਤੋ ਉਹਨੇ ਠਾਣ ਲਿਆ ਤਾਂ ਮੈਂ ਮੇਰੇ ਸੇ ਨਹੀਂ ਲੈਣਾ, ਤੋ ਮੈਂ ਗਿਆ ਤੋ ਮੈਨੂੰ ਕਹਿੰਦਾ ਤੇਰੇ ਸੇ ਨਹੀਂ ਲੈਣਾ, ਮੈਂ ਕਿਉਂ, ਕਹਿੰਦਾ ਤੂੰ ਨੇ ਨਹੀਂ ਲਿਆ, ਮੈਨੂੰ ਕਿਹਾ ਤੂੰ ਤਾਂ ਲੈ ਰਿਹਾ ਨਾ, ਹੈ ਨਾ ਬਈ ਮੈਨੇ ਨਹੀਂ ਲਿਆ, ਕਿਸੇ ਦਿਨ ਲਿਆ, ਤੂੰ ਨੇ ਮੈਨੂੰ ਆਨਰ ਕੀਆ, ਮੇਰੇ ਸਿਸਟਮ ਕੇ ਅੰਦਰ ਰਹਾ, ਅਬ ਮੁਝੇ ਵੀ ਆਨਰ ਕਰਨੇ ਤੇ ਤੇਰੇ ਸਿਸਟਮ ਮੇ ਚਲਨੇ ਤੇ, ਤੂੰ ਕਿੰਨਾ ਆਸਾਨ ਹੈ ਕਿਸੇ ਕੋ ਦੇਣਾ, ਹੈ ਨਾ। ਹਾਲਾਂਕਿ ਯੇ ਮੈਂ ਲੈਣੇ ਤੇ ਬਿਲੀਵ ਨਹੀਂ ਕਰਤਾ, ਕਿਸੇ ਕੀ ਸ਼ਾਦੀ ਮੈਂ ਜਾਤਾ ਹੂੰ, ਸਗਨ ਮੁਝੇ ਜ਼ਿਆਦਾ ਨਹੀਂ ਦੇਣਾ ਪੜਤਾ, ਕਿਉਂਕਿ ਮੇਰੇ ਲਈ ਨਹੀਂ ਹੋਤਾ, ਜਿੰਨਾ ਮੈਂ ਦੇ ਸਕਦਾ ਹੂੰ, ਔਰ ਮੈਂ ਉਸਕੋ ਉਤਨਾ ਦੇਤਾ ਹੂੰ, ਵੋ ਗਰੀਬ ਹੈ ਜੈਸੇ ਗਰੀਬ ਕੋ ਜ਼ਿਆਦਾ ਦੇ ਦੇਣਾ,
रेत को कम देना है क्योंकि मैंने लिया तो है नहीं, टोको अधिक देना है, जिसको जरूरत है ना उसको देना, और कोशिश करता हूँ कि उसको लिफाफा तो उतरे दूं, उसको अलग से दे दूं पैसे किसी बहाने, उसका उसका काम आ जाए, तो ये मेरी नेचर है। तो ये चीज कुदरत भी हमें सिखाती है कि इसी तरह अगर हम खुशियां भी सिर्फ दूसरों को देनी शुरू कर दें और खुद दूसरों से अपने लिए खुशियों की उम्मीद ना करें तो जिंदगी जीना बहुत आसान हो जाएगा। क्यों पम्मी जी? देखो खुशी मैं आपको बताऊं, अब जैसे मैं उदास हूँ, मेरा मन उदास है, कई कारण हो सकता है, कुछ भी कारण हो सकता है उदास होने का, बिजनेस में घाटा हो गया है ना, कोई मेरे को मार फट गया, गिर गया, कुछ चोट लगी, कुछ नुकसान लगे, अगर मैं किसी के साथ खुशी बांट लूंगा ना, उसके गम को बांट दूंगा या किसी को हंसा भी दूंगा तो मैं उसको भूल जाऊंगा अपने गम को। कहते पैसे वसूल हो गए है ना, पर किसी को आपने खुश कर दिया ना तो मेरे पैसे वसूल हो गए। बाकियों का पता नहीं लेकिन आज हमें पता है कि हमारे और हमारे देखने वालों के सबके पैसे वसूल हो गए। हाँ, जो उन्होंने खर्चे भी नहीं खर्चे भी नहीं है ना, डबल फायदा हो गया। हाँ, डबल फायदा। दोस्तों ये एपिसोड आपको कैसा लगा? अगर आपका दिल खुश हुआ हो तो अपने दोस्तों को जरूर खुश करना, अपने परिवार वालों को जरूर खुश करना। ये खुशियां सिर्फ अपने तक नहीं रोकना, जितनी दूर तक समाज में इसको बांट सकते हो, जहां तक इसको शेयर कर सकते हो, प्लीज इसको शेयर करना ताकि आप भी हमारी इस मुहिम में भागीदार बनो कि जो हम कोशिश कर रहे हैं समाज से नेगेटिविटी को खत्म करके पॉजिटिविटी ला सके, हंसी खुशी चारों ओर बिखेर सके, क्योंकि खुशी एक खुशबू की तरह होती है, जिस तरह फूल की खुशबू दिखाई नहीं देती, सिर्फ कहीं भी हो वो अपने आप दूसरों को अट्रैक्ट करती है और हम खींचे हुए उसकी तरफ चले जाते हैं, उसकी ब्यूटी की तरफ, उसकी खूबसूरती की तरफ, उसकी खुशबू की तरफ। तो खुशी बिल्कुल इसी तरह है। तो आज का ये सेशन बहुत कमाल का रहा, हमने तो बहुत एंजॉय किया। आपको कैसा लगा कमेंट बॉक्स में जरूर लिख के भेजना, उम्मीद से कोई भी आप विचार शेयर करना चाहें, जानकारी लेना चाहें तो इनका नंबर डिस्क्रिप्शन बॉक्स में है, आप वहां से डिटेल ले सकते हैं। और आपके पास भी इसी तरह का कोई खास हुनर है, कोई खास स्किल है तो आपका स्वागत है, आप अपनी डिटेल हमारे कमेंट बॉक्स में लिख के शेयर करें या नीचे मोबाइल नंबर दिए हुए हैं आप वहाँ भी संपर्क कर सकते हैं। हमारी टीम बहुत जल्दी आपसे संपर्क करके और आपके विचारों को, आपके थॉट्स को पंख लगाकर जमाने के सामने लेके आएंगे। बहुत बहुत शुक्रिया, धन्यवाद। थैंक यू पम्मी जी। थैंक यू जी, थैंक यू, थैंक यू बच्चे, गॉड ब्लेस यू।